ਤਰਨ ਦੇ ਪਿੰਡ ਪੰਡੋਰੀ ਰਣ ਵਿਖੇ 24 ਸਾਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਮੌਤ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਅਗਰ ਸਰਕਾਰ ਨਸ਼ਿਆਂ ਨੂੰ ਪੂਰੀ ਸਖਤੀ ਨਾਲ ਬੰਦ ਕਰਵਾ ਦਿੰਦੀ ਤਾਂ ਉਹਨਾਂ ਦੇ ਮੁੰਡੇ ਦੀ ਜਾਨ ਬਚ ਸਕਦੀ ਸੀ। ਪਿੰਡ ਵਾਸੀਆਂ ਨੇ ਕਿਹਾ ਹੈ ਕਿ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਨਸ਼ੇ 'ਤੇ ਸਖਤੀ ਨਾਲ ਰੋਕ ਲਗਾਉਣ ਦੀ ਮੰਗ ਕੀਤੀ। ਕੀ ਗੱਲਬਾਤ ਹੋਈ ਹੈ? ਗੱਲਬਾਤ ਇਹ ਹੋਈ ਵੀ ਮੇਰਾ ਪੁੱਤ 24 ਸਾਲਾਂ ਦਾ ਹੈ, ਇੱਥੇ ਟੀਕੇ ਟੂਕੇ ਬੜੇ ਲਾਉਂਦੇ ਆ ਲੋਕ, ਹੈਂ ਹਾਂਜੀ, ਪਹਿਲਾਂ ਵੀ ਮੈਂ 70-80 ਹਜ਼ਾਰ ਰੁਪਇਆ 2 ਮਹੀਨਿਆਂ 'ਚ ਲਾ ਕੇ ਤਿਆ, ਫਿਰ ਵੀ ਪੈਸੇ ਵੀ ਚਲੇ ਗਏ ਆਪ ਜੀ। ਨਸ਼ੇ ਨਾ ਮਰਿਆ ਜੀ, ਹੂੰ ਨਸ਼ੇ ਨਾ ਮਰਿਆ, ਆਹੋ ਇਹ ਜਿਹੜੀ ਆ ਟੀਕੇ ਟੂਕੇ ਵਿਕਣ ਡੇ ਉਹਨਾਂ ਨਾਲ ਹੀ। ਤੁਸੀਂ ਕੀ ਮੰਗ ਕਰਦੇ ਹੋ ਪਰਿਵਾਰ ਨੂੰ? ਪਰਿਵਾਰ ਦਾ ਮੈਂ ਕੀ ਮੰਗ ਕਰਨੀ ਆ, ਸਾਨੂੰ ਤਾਂ ਚਲੋ ਵੀ ਰੋਟੀ ਪਾਣੀ ਚਾਹੀਦਾ ਜੀ। ਨਸ਼ੇ ਬੰਦ ਹੋਣੇ ਚਾਹੀਦੇ ਕਿ ਨਹੀਂ ਚਾਹੀਦੇ? ਹੂੰ ਹਾਂਜੀ ਹਾਂਜੀ ਹਾਂਜੀ, ਸਾਡੇ ਪਿੰਡ ਵਿੱਚ ਨਸ਼ਿਆਂ ਦੀ ਬਹੁਤ ਮਾੜੀ ਲਾਤ ਆ ਜੀ। 5ਵੀਂ 6ਵੀਂ ਮੌਤ ਹੋ ਚੁੱਕੀ ਆ 5-6 ਮਹੀਨਿਆਂ ਵਿੱਚ। ਪ੍ਰਸ਼ਾਸਨ ਕੋਈ ਸਾਰ ਨਹੀਂ ਲੈ ਰਿਹਾ, ਜੇ ਪੁਲਿਸ ਨੂੰ ਦੱਸਦੇ ਹਾਂ ਤਾਂ ਪੁਲਿਸ ਵੀ ਕੁਛ ਨਹੀਂ ਕਰ ਰਹੀ। ਇੱਥੇ ਤੁਹਾਨੂੰ ਘਰ ਘਰ ਦੇ ਵਿੱਚ ਨਸ਼ਾ ਤੁਹਾਨੂੰ ਆਮ ਮਿਲਦਾ ਵਾ, ਵਿਕਦਾ ਵਾ। ਕੈਪਟਨ ਸਾਹਿਬ ਇਸੇ ਵਾਅਦੇ 'ਤੇ ਸਰਕਾਰ ਬਣਾਈ ਕਿ ਨਸ਼ੇ ਬੰਦ ਕਰਾਂਗੇ, ਪਰ ਮੈਂ ਸਮਝਦਾ ਜੋ ਹਾਲਾਤ ਆ ਨੌਜਵਾਨ ਰਹਿਣਾ ਹੀ ਕੋਈ ਨਹੀਂ ਗਾ। ਸਾਲ ਇੱਕ ਨਾ ਸਰਕਾਰ ਹੋ ਰਹਿ ਗਈ ਆ, ਪਰ ਪੂਰਾ ਸੰਤਾਪ ਇਹ ਵਾਲੇ ਪੰਜਾਬ ਭੋਗ ਰਿਹਾ। ਪਰ ਇਹਨਾਂ ਨੂੰ ਅਫਸਰਾਂ ਨੂੰ ਵੱਡੀ ਲੀਡਰਸ਼ਿਪ ਨੂੰ ਚੰਡੀਗੜ੍ਹ ਬਹਿ ਕੇ ਗੱਲ ਕਰ ਲੈਂਦੇ ਵੀ ਸਭ ਕੁਝ ਖਤਮ ਹੋ ਗਿਆ। ਮੈਂ ਤਾਂ ਇਹਨਾਂ ਕਰ ਪਿੰਡਾਂ 'ਚੋਂ ਤਾਂ ਇਹਨਾਂ ਨੂੰ ਪਤਾ ਲੱਗੇ ਵੀ ਕੀ ਹਾਲਾਤ ਪਿੰਡ ਵਿੱਚ ਰਿਹਾ। ਸਾਡੇ ਪਿੰਡ ਦੇ ਵਿੱਚ ਇਹੋ ਜਿਹੇ ਅਮਲੀ ਤੁਹਾਨੂੰ ਵਿਖਾ ਦੇਣਾ, ਲੱਤਾਂ ਨੂੰ ਕੀੜੇ ਚੱਲੇ ਆ, ਕਿੱਦਾਂ ਤੁਰੇ ਫਿਰਦੇ, ਹੱਥ ਜੋੜ ਜੋੜ ਕੇ ਉਹਨਾਂ ਨੂੰ ਆਉਂਦੇ ਦਾਖਲ ਹੋ ਜਾਓ, ਨਾ ਕੋਈ ਦਾਖਲ ਉੱਥੋਂ ਭੱਜ ਆਉਂਦੇ ਆ, ਪਰ ਪ੍ਰਸ਼ਾਸਨ ਕੋਈ ਮਦਦ ਨਹੀਂ ਕਰ ਰਿਹਾ। ਇਸ ਪਰਿਵਾਰ ਦੇ ਕੀ ਹਾਲਾਤ ਹੈ? ਇਸ ਪਰਿਵਾਰ ਦੀ ਬਹੁਤ ਮਾੜੀ ਹਾਲਾਤ ਹੈ ਜੀ। ਹਰਦੇਵ ਸਿੰਘ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲ ਰਿਹਾ। ਜਵਾਨ ਪੁੱਤ ਦੀ ਮੌਤ ਹੋ ਜਾਣੀ, ਉਹਨੂੰ ਵੀ ਪਤਾ ਜਿਹਦਾ ਜਿਹੜੇ ਪਿਓ ਨੇ ਆਪਣੇ ਪੁੱਤ ਦੇ ਕੰਧਾਂ ਦੇ ਕੇ ਮੜੀਆਂ ਤੱਕ ਛੱਡ ਕੇ ਆਇਆ। ਅਸੀਂ ਉਹ ਮੰਗ ਕਰਦੇ ਹਾਂ ਵੀ ਪਰਿਵਾਰ ਦੀ ਸਾਰ ਲਈ ਜਾਵੇ, ਤੇਰੇ ਪਰਿਵਾਰ ਨੂੰ ਕੋਈ ਨੌਕਰੀ ਕੋਈ ਜਿੱਦਾਂ ਵੀ ਆ ਇਹਦਾ ਸਿਸਟਮ ਵੇਖਿਆ ਜਾਵੇ ਜੀ। ਲੈਣੇ ਆ ਸਮਾਨ, ਠੀਕ ਹੈ ਜੀ, ਅਸੀਂ ਸਮਾਨ ਹੁਣ ਬੰਦ ਹੋ ਗਿਆ ਮਿਲਣਾ ਲੋਕਡਾਊਨ ਦਾ ਕਰਕੇ, ਅਸੀਂ ਟਰਮਾਟੋਲ ਗੋਲੀਆਂ ਲੈਂਦੇ ਜੀ, ਗੋਲੀਆਂ ਖਾਂਦੇ ਹਾਂ ਅਸੀਂ। ਕਿੰਨੇ ਜਾਣੇ ਤੁਸੀਂ? ਅਸੀਂ ਹੈਗੇ 3-4 ਜਣੇ। ਅਸੀਂ ਟੀਕਾ ਛੱਡਿਆ ਭਾਅ ਜੀ, ਜੇ ਅਸੀਂ ਟੀਕਾ ਜੱਕ ਦਮ ਛੱਡਿਆ, ਅਸੀਂ ਟਰਮਾਟੋਲ ਗੋਲੀਆਂ ਵੀ ਛੱਡਦੀਆਂ, ਸਾਨੂੰ ਦੱਸੋ ਕੌਣ ਸਾਡਾ ਜ਼ਿੰਮੇਵਾਰ ਕੋਈ ਹੈਗਾ? ਸਾਨੂੰ ਅਭੀ ਨਬੀ ਕੋਈ ਹੋ ਗਈ ਤਾਂ ਸਾਡੇ ਘਰ ਬੈਠੇ ਹਾਂ। ਉਹਦੇ ਕਰਕੇ ਹੀ ਆਪਾਂ ਭਾਅ ਜੀ ਟੀਕਾ ਬੰਦ ਕੀਤਾ, ਟਰਮਾਡੋਲ ਤਾਂ ਲਿਆਂਦੀਆਂ ਉਹਦਾ ਕਰਕੇ, ਭਈ ਸਾਡਾ ਸੱਜਣ ਆ, ਸੱਜਣ ਸਾਡਾ ਲੰਘ ਗਿਆ ਕੱਚ ਟੀਕੇ 'ਚ, ਅਸੀਂ ਫਿਰ ਨਹੀਂ ਸੁਣੇ, ਫਿਰ ਅਸੀਂ ਸਮਝੇ ਨਹੀਂ ਹਾਂ, ਪਰ ਅੱਜ ਸਾਨੂੰ ਸਮਝਣਾ ਪਿਆ ਆ। ਨਸ਼ਾ ਕਰਦੇ ਕਿਉਂ, ਕੀ ਗੱਲ ਕਰਦੇ? ਅਸੀਂ ਭਾਅ ਜੀ ਚਿਰ ਤੋਂ ਕਰਦੇ ਹਾਂ ਨਸ਼ਾ, ਠੀਕ ਆ ਜੀ, ਹੁਣ ਅਸੀਂ ਛੱਡਤਾ ਆ, ਜੱਕਦਮ ਆ ਗੋਲੀਆਂ ਬਣਾ ਖਾਈਏ ਅਤੇ ਅਸੀਂ ਦੇ ਮੰਜੇ 'ਤੇ ਡਿੱਗੇ ਰਵਾਂਗੇ, ਸਾਡੇ ਤੋਂ ਰੋਟੀ ਪਾਣੀ ਵੀ ਨਹੀਂ ਖਾਧਾ ਜਾਣਾ। ਨਸ਼ਾ ਕਰਦੇ ਕਿਉਂ, ਕੀ ਕਰਦੇ? ਕੋਈ ਵਿਹਲੇ ਕਿਉਂ ਜਾਂ ਕੋਈ ਕੰਮ ਨਹੀਂ ਮਿਲਦਾ? ਕੰਮ ਕਾਰ ਤਾਂ ਭਾਅ ਜੀ ਕਰਦੇ ਹਾਂ, ਗੱਡੀ ਦੇ ਜਾਂਦੇ ਰਹੇ ਫਾਕ ਵਾਲੀ ਦੇ, ਆ ਮੈਨੂੰ 6 ਮਹੀਨੇ ਹੋ ਗਏ ਕੰਮ ਤੋਂ ਬੈਠੇ ਨੂੰ ਘਰ, ਉਦੋਂ ਗੋਲੀਆਂ ਖਾਂਦੇ ਹਾਂ, ਉੱਥੇ ਗੱਡੀ ਲਾਦੇ ਰਹੇ ਫਾਕ ਦਾ ਕੰਮ ਕਰਦੇ ਰਹੇ, ਨਹੀਂ ਤਾਂ ਪੁੱਛੋ ਵੀ ਨਾ ਸਾਰੇ ਬੰਦੇ ਕੋਈ ਵੀ ਕਹਦੇ ਭਾਈ ਨਹੀਂ ਇਹ ਬੰਦਾ ਹਟ ਜਾਊਗੇ ਤੁਸੀਂ ਲਾਜ ਭਾਅ ਜੀ? ਹਾਂ ਹਟ ਜਾਵਾਂਗੇ, ਆਵੇ ਇਹ 10 ਦਿਨ ਆ ਖਾਵਾਂਗੇ, ਇਹ ਪੂਰੀਆਂ 2 ਖਾਵਾਂਗੇ, ਕੱਲ੍ਹ ਤੋਂ ਬਾਅਦ 1 ਤੇ ਆ ਜਾਵਾਂਗੇ, 1 ਤੋਂ ਬਾਅਦ ਅੱਧੀ ਤੇ ਆ ਜਾਵਾਂਗੇ, ਤੇ ਆਪੇ ਹੀ ਛੁੱਟ ਜੂ ਆਈ ਜਾਵਾਂ ਤੇ ਮੇਰਾ ਆਪੇ ਵਧਣਾ। ਤਰਨ ਤਾਰਨ ਤੋਂ ਸਰਬਜੀਤ ਦੀ ਵਿਸ਼ੇਸ਼ ਰਿਪੋਰਟ, ਲਾਈਵ ਭਾਰਤ।